हाँ जी दा दोस्तों किदा सारे वधिया हो। उम्मीद करांगा कि सारे वीर वधिया होणगे। ते मित्रो अज बई अपडेटां लै के आ दो बई सिद्धू मूसे वाले दे बारे ते बई एक जस मानक दे बारे। बई राका दा तुहानू पता कि राका दा नवां गाणा स्वाद आया सी पिछले कुछ दिनां दे विच, जिस दे विच उसने कुछ लाइना बोलियां कि जिहड़े कलाकार ने जिहड़े लोग ने मेरा तस्वीरां लै के उन्होंने डिलीट कर दित्तियां ने, ते ये वो सारा कुछ मतलब वाहवा दंगे फसाद होए हन। ते वीडियो तुहानू पता है जिहड़ी चल रही है, जस मानक तों इलावा कोई बंदा ऐसा नहीं जिहड़ा इहदे नाल जिहड़ा सी मतलब ਗੱਲਾਂ ਬਾਤਾਂ ਕਰਦਾ ਇਸ ਦੇ ਨਾਲ ਫਿਰਦਾ ਟੁੱਟਦਾ ਸੀ। ਜਸ ਮਾਨਕ ਇੱਕ ਵਾਹਦ ਐਸਾ ਹੀ ਰੋਵੇ ਜਿਹੜਾ ਇਹਦੇ ਨਾਲ ਫਿਰਦਾ ਟੁੱਟਦਾ ਰਿਹਾ ਸੀ, ਗੱਲਾਂ ਬਾਤਾਂ ਕਰਦਾ ਰਿਹਾ ਸੀ। ਅਤੇ ਉਹਨਾਂ ਨੇ ਇੰਸਟਾਗ੍ਰਾਮ ਦੇ ਉੱਤੇ ਦੋਨਾਂ ਨੇ ਇੱਕ ਦੂਜੇ ਉਹਨਾਂ ਨੂੰ ਫੋਲੋ ਕਰ ਦਿੱਤਾ, ਪੂਰੀ ਟੀਮ ਮਤਲਬ ਬਾਈ ਰਾਕੇ ਨੂੰ ਫਾਲੋ ਕਰਦੀ, ਉਹਨੇ ਨੇ ਕੀਤਾ ਹੈਗਾ ਉਹਨਾਂ ਨੂੰ ਫਾਲੋ ਕਰ ਦਿੱਤਾ, ਉਹਨੇ ਵੀ ਅਲੱਗ ਫਾਲੋ ਕਰ ਦਿੱਤਾ। ਅਤੇ ਬਾਕੀ ਗੱਲ ਕਰੀਏ ਬਾਈ ਸਿੱਧੂ ਮੂਸੇਵਾਲੇ ਦੀ, ਅਤੇ ਬਾਈ ਸਿੱਧੂ ਮੂਸੇਵਾਲੇ ਦੀ ਇੱਕ ਆਵਾਜ਼ ਦੇ ਵਿੱਚ ਲੈਣ ਛੋਟੀ ਜਿਹੀ ਇੱਕ ਮਤਲਬ ਜਿਹੜੀ ਨਿਕਲ ਕੇ ਆ ਰਹੀ ਹੈ, ਫਾਇਰ ਸੌਂਗ ਦਾ ਨਾਮ ਆ। ਅਤੇ ਆਵਾਜ਼ ਚੇਂਜ ਕਰਕੇ ਵਿਖਾ ਲਾਂਗੇ ਕਿਉਂਕਿ ਕਾਪੀਰਾਈਟ ਦਾ ਮਸਲਾ ਹੁੰਦਾ, ਚੈੱਕ ਕਰੋ ਗਾਣਾ ਬਾਈ ਅਤੇ ਦੱਸਿਓ ਨਾਲੇ ਅਫੀਸ਼ੀਅਲ ਆ ਕਿ ਨਹੀਂ।